ਕਿੰਨੇ ਪਰਚੇ ਦਰਜ ਨੇ? 6 ਪਰਚੇ ਨੇ। 6-7 ਜਿਹੜੇ ਪਰਚੇ ਦਰਜ ਤੁਸੀਂ ਕਹਿੰਦੇ ਹੋ ਤੁਸੀਂ ਧੰਦਾ ਨਹੀਂ ਕਰਦੇ? ਮੈਂ ਚਿੱਟੇ ਦਾ ਧੰਦਾ ਨਹੀਂ ਕਰਦੀ ਸੀ ਜੀ। ਜਿਹੜੇ ਇਹ ਡੈਥ ਹੋਈ ਆ ਤੁਹਾਡੇ ਕੋਲ ਲੈ ਕੇ ਗਿਆ ਸੀ ਨਸ਼ਾ? ਪਹਿਲੀ ਵਾਰ ਸੀ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ? ਨਹੀਂ ਜੀ, ਮੈਥੋਂ ਲੈ ਕੇ ਨਹੀਂ ਗਏ ਜੀ, ਮੇਰੇ ਘਰ ਵਾਲਾ ਪੀਂਦਾ ਸੀ ਜ਼ਰੂਰ, ਮੈਂ ਉਹਦਾ ਚੋਰੀ ਚੱਕ ਕੇ ਦਿੱਤਾ ਜੀ। ਪਹਿਲੀ ਗਲਤੀ ਸੀ, ਸੋਰੀ ਸਰ, ਮੈਂ ਕਦੇ ਇਹੋ ਜਿਹੀ ਗਲਤੀ ਨਹੀਂ ਕਰੂੰਗੀ। ਹੁਣ ਚੇਲਦੇ ਇਸ ਲੱਖਾਂ ਪਿੱਛੇ ਹੋਗੇ, ਹੁਣ ਪਛਤਾਵਾ ਤਾਂ ਹੈਗਾ ਤੁਹਾਨੂੰ? ਹਾਂਜੀ। ਉਹਦੀ ਡੈਥ ਹੋ ਗਈ, ਉਹ ਵੀ ਪਰਿਵਾਰ ਦਾ ਨੌਜਵਾਨ ਸੀ, ਘਰ ਤਾਂ ਉੱਜੜੇ ਉਹਨਾਂ ਦਾ। ਹਾਂਜੀ। ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ ਹੋ? ਵੀਰੇ ਪਹਿਲਾਂ ਤਾਂ 6 ਸਾਲ ਪੀਤਾ, ਹੁਣ 3 ਮਹੀਨੇ ਤੋਂ ਛੱਡਿਆ ਹੋਇਆ ਜੀ। ਜਿਹੜਾ ਤੁਹਾਡਾ ਦੋਸਤ ਦੀ ਕਿੰਨੇ ਟੀਕਾ ਲਾਇਆ ਤੁਸੀਂ? ਤੁਸੀਂ ਇਕੱਠੇ ਲੈ ਕੇ ਆਏ ਕਿ ਨਸ਼ਾ? ਹਾਂਜੀ, ਅਸੀਂ ਇਕੱਠੇ ਲੈ ਕੇ ਆਏ। ਨਸ਼ਾ ਕਿੱਥੋਂ ਲੈ ਕੇ? ਇੱਥੋਂ ਰੋਟੀ ਦੇ ਪੁਲਾਂ ਤੋਂ ਜੀ। ਜਿਹੜੀ ਲੇਡੀਜ਼ ਦਾ ਗ੍ਰਿਫਤਾਰ ਕੀਤਾ ਇਹ ਤਾਂ ਕਿੰਨੇ ਦਾ? 1400 ਰੁਪਏ ਦਾ ਜੀ। ਨਾਲੇ ਤੁਸੀਂ 1000 ਰੁਪਏ ਦੇ ਲੈ ਕੇ ਆਏ ਸੀ? ਹੈ, ਸ਼ਰਾਬ ਤਾਂ ਹੀ ਪੀਤੀ ਆ ਜੀ ਠੇਕੇ ਦੀ। ਹਾਂ ਜੀ। ਕੀ ਤੁਹਾਨੂੰ ਪਛਤਾਵਾ ਹੈਗਾ? ਤੁਹਾਡਾ ਦੋਸਤ ਤਾਂ ਚਲੇ ਗਿਆ, ਤੁਸੀਂ ਜਿਵੇਂ ਨਸ਼ਾ ਕਰਦੇ ਤੁਹਾਡੀ ਵੀ ਜਾਨ ਸਾ ਸਕਦੀ? ਹਾਂ ਜੀ ਹਾਂ, ਪਛਤਾਵਾ ਤਾਂ ਹੈਗਾ। ਕਿੰਨੇ ਸਾਲਾਂ ਤੋਂ ਤੁਸੀਂ ਸੇਵਨ ਕਰ ਰਹੇ ਸੀ ਚਿੱਟੇ ਦਾ? 5-6 ਸਾਲ ਤੋਂ ਪੀਂਦਾ ਸੀ। ਕਿੱਥੋਂ ਲੈ ਕੇ ਆਉਂਦੇ? 5-6 ਇਹਨਾਂ ਤੋਂ ਹੀ ਲੈ ਕੇ ਆਉਂਦੇ ਸੀ। ਹਾਂ, ਕਿੰਨਾ ਕੈਪੈਸਿਟੀ ਬਰਬਾਦੀ ਕੀਤੀ ਹੈ ਚਿੱਟੇ ਦੇ ਸੇਵਨ ਚ? ਕਰਤਾ ਹੋਈ 40-50 ਲੱਖ। 40-50 ਲੱਖ? ਹਾਂ। ਪਰਿਵਾਰ 'ਚ ਹੋਰ ਕੌਣ ਆ ਤੁਹਾਡੇ? ਮੇਰੀ ਫੈਮਿਲੀ ਆ ਜੀ। ਕੀ ਕਾਰੋਬਾਰ ਆ ਤੁਹਾਡਾ? ਮੈਂ ਫੈਕਟਰੀ 'ਚ ਲੱਗਿਆ ਹੋਇਆ ਸੀਗਾ ਜੀ ਹੁਣੇ, ਪਹਿਲਾਂ ਮੇਰਾ ਆਪਦਾ ਕੰਮ ਸੀਗਾ ਜੀ। 2018 'ਚ ਦੁਕਾਨ ਬੰਦ ਕਰੀ ਹੈ। ਕਾਹਦੀ ਦੁਕਾਨ? ਕਰਿਆਨੇ ਦੀ ਦੁਕਾਨ ਸੀ। ਉਹ ਸਾਰੀ ਇਸੇ ਤੇ ਨਸ਼ੇ ਦੀ ਪੂਰਤੀ ਲਈ ਸਾਰੀ ਬਰਬਾਦ? ਹਾਂ ਜੀ। ਜਿਸ ਤਰ੍ਹਾਂ ਕਿ ਪਹਿਲਾਂ ਹੀ ਬਰੀਫ ਕੀਤਾ ਜਾ ਚੁੱਕਿਆ, ਇਸ ਸੰਬੰਧ ਦੇ ਵਿੱਚ FIR ਨੰਬਰ 76 ਦਰਜ ਕੀਤੀ ਗਈ ਸੀਗੀ, ਜੋ ਕਿ ਅੰਡਰ ਸੈਕਸ਼ਨ 105 BNS ਭਾਰਤੀਆ ਨਿਆਂ ਸੰਹਿਤਾ ਦੇ ਅੰਤਰਗਤ ਦਰਜ ਕੀਤੀ ਗਈ ਹੈਗੀ ਹੈ, ਅਤੇ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ, ਸੋਰੀ, ਜੀਵਨ ਕਾਰਾਵਾਸ ਦਾ ਜਿਹੜਾ ਹੈਗਾ, ਇੰਪ੍ਰੀਜ਼ਨਮੈਂਟ ਫਾਰ ਲਾਈਫ ਸਜ਼ਾ ਦਾ ਜਿਹੜਾ ਹੈਗਾ ਪ੍ਰਾਵਧਾਨ ਹੈਗਾ। ਅਤੇ ਇਹਦੇ ਵਿੱਚ ਟੋਟਲ 9 ਦੋਸ਼ੀ ਜਿਹੜੇ ਨੋਮੀਨੇਟ ਕੀਤੇ ਗਏ ਸੀਗੇ, 9 ਦੇ ਵਿੱਚੋਂ 2 ਅਰੈਸਟ ਕਰ ਲਏ ਗਏ ਨੇ, 7 ਦੋਸ਼ੀਆਂ ਦੀ ਭਾਲ ਜਿਹੜੇ DSP ਸਾਹਿਬ ਸਾਡੇ ਨਾਭਾ ਦਵਿੰਦਰ ਅੱਤਰੀ ਜੀ ਦੀ ਦੇਖ ਰੇਖ ਦੇ ਵਿੱਚ ਅਲੱਗ ਅਲੱਗ ਟੀਮਾਂ ਬਣਾ ਕੇ 7 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈਗੀ ਹੈ। ਹਾਂ, ਡੈਥ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈਗਾ, ਅਤੇ ਸਤਵਿੰਦਰ ਸਿੰਘ ਮੁੰਡੇ ਜੀ ਦੀ ਡੈਥ ਹੋਈ, ਉਹਦੇ ਨਾਲ ਦਾ ਇੱਕ ਸਾਥੀ ਸੀਗਾ, ਅਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਪੁਲ ਜਿਹੜਾ ਹੈਗਾ ਉੱਥੋਂ, ਅਤੇ ਆ ਕੇ ਉਹਨਾਂ ਨੇ ਜਦੋਂ ਪੀਤਾ ਅਤੇ ਇਹ ਸਤਵਿੰਦਰ ਨੂੰ ਜਿਹੜਾ ਉਹਦੇ ਨਾਲ ਦਾ ਦੋਸ਼ੀ ਸੀਗਾ ਸੰਜੀਵ, ਉਹਨੇ ਵੱਧ ਮਾਤਰਾ 'ਚ ਨਸ਼ਾ ਦੇ ਦਿੱਤਾ, ਜੋ ਕਿ ਉਸਦੀ ਮੌਤ ਦਾ ਕਾਰਨ ਬਣਿਆ। ਇਹ ਨਸ਼ਾ ਕੌਣ ਵੇਚਦੇ? ਲੇਡੀਜ਼ ਵੇਚਦੇ ਨੇ ਉੱਥੇ, ਜਿਵੇਂ ਪਹਿਲਾਂ ਰੋਟੀ ਪਿੰਡ ਸਮੇਂ ਸਮੇਂ 'ਤੇ ਰੇਡੀਓ CCTV ਕੈਮਰੇ ਵੀ ਲੱਗੇ ਹੋਏ ਨੇ, ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਵੇਚਦੇ? ਇਹ ਸਾਡੇ ਵੱਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀ ਹੈ, ਫਿਰ ਵੀ ਉਹ ਗਾਇਬ ਆ ਕੇ ਜਿਹੜਾ ਹੈਗਾ ਨਸ਼ਾ ਕਿਤੇ ਮੋਟਰਸਾਈਕਲ 'ਤੇ ਜਾਂ ਕਿਤੇ ਮੋਟਰ ਵਗੈਰਾ ਦੇ ਉੱਤੇ ਉਹ ਵੇਚ ਜਾਂਦੇ ਨੇ, ਫਿਰ ਵੀ ਉਹ ਸਾਰੇ ਨੋਮੀਨੇਟ ਕੀਤੇ ਗਏ ਨੇ। ਇਹ ਸਪਲਾਈ ਚੇਨ ਦੇ ਸੰਬੰਧ ਦੇ ਵਿੱਚ ਜਿਹੜੇ ਹੈਗੇ ਨੇ 7 ਦੋਸ਼ੀ ਜਿਹੜੇ ਨੇ, ਸਪਲਾਈ ਚੇਨ ਦੇ ਸੰਬੰਧ ਦੇ ਵਿੱਚ ਜਿਹੜੇ ਹੈਗੇ ਆ ਸੀ। ਪਤਾ ਲੱਗਿਆ ਭਾਅ ਜੀ ਕਿੱਥੋਂ ਲਿਆਉਂਦੇ ਸੀ ਅਤੇ ਕਿਹੜੇ ਵਿੱਚ ਇਨਵੋਲਵ ਨੇ? ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ, ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚੋਂ ਹੀ ਸਾਹਮਣੇ ਆਏਗਾ ਮੇਲ ਲੈ ਕੇ ਕਿੱਥੋਂ ਆਉਂਦੇ। ਦੋ ਜਿਹੜੇ ਕੀਤੇ ਨੇ ਅਕਿਊਜ਼ਡ, ਉਹਨਾਂ ਤੋਂ ਨਹੀਂ ਹਜੇ ਹੋਇਆ ਜੀ ਕੁਛ? ਹਾਂ, ਜਿਹੜਾ ਇੱਕ ਅਕਿਊਜ਼ਡ ਹੈ ਸੰਜੀਵ ਤੋਂ ਜਿਹੜਾ ਹੈਗਾ ਸਾਨੂੰ ਕੁਛ ਰਿਕਵਰੀ ਹੋਈ ਹੈਗੀ ਚਿੱਟੇ ਦੀ, ਅਤੇ ਬਾਕੀ ਹਜੇ ਦੋਸ਼ੀਆਂ ਦੀ ਭਾਲ ਜਾ ਰਹੀ ਹੈ, ਜਿਵੇਂ ਹੀ ਹੋ ਗਏ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਤੁਹਾਡੇ ਧਿਆਨ 'ਚ ਲਿਆਵਾਂਗੇ। ਹਾਂਜੀ, ਫਿਊਚਰ ਦੇ ਵਿੱਚ ਅਸੀਂ ਪਹਿਲਾਂ ਵੀ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਫਰੀਜ਼ ਕਰਵਾਈਆਂ ਨੇ,
ਅਤੇ ਜਿਹੜੇ ਨਸ਼ੇ ਦੇ ਵਿੱਚ ਲਿਪਤ ਹੋਣਗੇ ਅਸੀਂ ਸਾਰਿਆਂ ਦੀ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਫ੍ਰੀਜ਼ ਕਰਵਾਵਾਂਗੇ। ਇਹਦੇ ਵਿੱਚ ਵੱਡੀ ਮਾਤਰਾ 'ਚ ਲੇਡੀਜ਼ ਨੇ, ਇਸ ਤਰ੍ਹਾਂ ਦੇ ਕਿੰਨੀਆਂ ਲੇਡੀਜ਼ ਨੇ ਇਸ ਵਿੱਚ? ਇਹਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਅਜੇ ਤੱਕ ਸ਼ਮੂਲੀਅਤ ਸਾਹਮਣੇ ਆਈ ਹੈਗੀ। ਮੇਨ ਸਰਗਣਾ ਕੌਣ ਹੈ ਜੀ ਇਸਦਾ? ਮੇਨ ਸਰਗਣਾ ਜਿਹੜਾ ਹੈਗਾ ਇਹ ਸਪਲਾਈ ਚੇਨ ਨਾਲ ਹੀ ਹੈਗੇ ਨੇ, ਜਦੋਂ ਇਹ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁੱਛਗਿੱਛ ਬਾਅਦ ਤੋਂ ਬਾਅਦ ਹੀ ਤੁਹਾਨੂੰ ਅਸੀਂ ਦੱਸਣ ਦੇ ਕਾਬਲ ਹੋਵਾਂਗੇ। ਨਸ਼ਾ ਤਾਂ ਕਰਦੇ ਨੇ, ਇਹਨਾਂ ਦੇ ਪਰਿਵਾਰ ਦੇ ਕਈ ਲੜਕੇ ਮਰ ਚੁੱਕੇ ਨੇ, ਫਿਰ ਇਸ ਤਰ੍ਹਾਂ ਦਾ ਕਿਉਂ ਕਰ ਰਹੇ ਨੇ? ਪਰਿਵਾਰ 'ਚ ਵੀ ਜਿਵੇਂ ਇਹ ਮਰਿਆ ਲੜਕਾ, ਪਰਿਵਾਰ 'ਚ ਵੀ ਕਾਫੀ ਮਰੇ ਲੋਕ। ਹਾਂ, ਅਸੀਂ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਜਾਗਰਤੀ ਮੁਹਿੰਮ ਚਲਾਉਂਦੇ ਹੈਗੇ ਹਾਂ, ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜਾ ਹੈਗਾ ਇਹ ਸਾਰਿਆਂ ਨੂੰ ਜਿਹੜਾ ਅਪੀਲ ਕਰਦਾ ਹੈਗਾ ਕਿ ਜੇ ਕੋਈ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਵੇਚਦਾ ਹੈਗਾ ਤਾਂ ਉਸਦੀ ਜਿਹੜੀ ਸੂਚਨਾ ਪੁਲਿਸ ਨੂੰ ਦਿਓ, ਅਤੇ ਸਾਡੇ ਵੱਲੋਂ ਵੀ ਸਮੇਂ ਦੇ ਉੱਤੇ ਜਿਹੜਾ ਹੈਗਾ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰਤ ਵੀ ਕੀਤਾ ਜਾ ਰਿਹਾ ਹੈਗਾ। ਜਿਹੜੀ ਤੁਸੀਂ ਗੱਲ ਪੁੱਛੀ ਸੀ ਇਹਦਾ ਵੱਡਾ ਕਾਰਨ ਜਾਗਰਤੀ ਦੀ ਘਾਟ ਹੈਗੀ ਸ਼ਾਇਦ ਪਰਿਵਾਰ ਦੇ ਵਿੱਚੋਂ, ਜਾਂ ਕੋਈ ਜਿਹੜਾ ਹੈਗਾ ਸਮਾਜ ਵਿੱਚੋਂ ਉਹਨਾਂ ਨੂੰ ਸਹੀ ਜਾਗਰਤੀ ਨਹੀਂ ਦਿੱਤੀ ਗਈ ਤਾਂ ਉਹ ਇੱਧਰ ਅਗਰਸਰ ਹੋਏ ਹੈਗੇ।